ਹੁਣ ਤੁਸਾਂ ਰਜ਼ਾਮੰਦ ਤਾਂ ਹਾਸਾ ਬੰਨਣਾ ਨਿਕਾਲ ਹੀ ਮਨਾ ਕਰ ਦਿਆਂਗੇ। ਹਾਸਾ ਤਾਂ ਤੁਸਾਂ ਨੂੰ ਬਹੁਤ ਪਸੰਦ ਕਰਦੇ ਆ। ਜੇ ਤੁਸਾਂ ਉਸ ਦਿਨ ਮੰਨ ਜਾਂਦੇ ਤਾਂ ਹਾਸਾ ਨੂੰ ਝੂਠਾ ਇਲਜ਼ਾਮ ਨਾ ਲਗਾਉਣਾ ਪੈਂਦਾ। ਤੁਸਾਂ ਇੰਨੇ ਗਿਰੇ ਹੋਏ ਇਨਸਾਨ ਹੋ। ਤੁਸਾਂ ਜੇ ਬੇਗੈਰਤ ਇਨਸਾਨ ਦੀ ਅਸਲੀਅਤ ਜ਼ਰੀਨਾ ਸਾਨੂੰ ਕਦੋਂ ਦੀ ਦੱਸ ਰਹੀ ਸੀ? ਅਸਾਂ ਦੀਆਂ ਅੱਖਾਂ ਤੇ ਪੜਦਾ ਪਿਆ ਹੋਇਆ ਸੀ ਜੋ ਉਸ ਦੀ ਗੱਲ ਨੂੰ ਸਮਝੇ ਨਹੀਂ। ਖੁਦਾ ਦਾ ਸ਼ੁਕਰ ਹੈ ਕਿ ਨਿਕਾਹ ਨਹੀਂ ਹੋਇਆ, ਨਹੀਂ ਤਾਂ ਅਸਾਂ ਦੀ ਮਾਸੂਮ ਬੱਚੀ ਦੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ। ਤੁਸਾਂ ਦੇ ਗੰਦੇ ਇਰਾਦੇ ਸਭ ਦੇ ਸਾਹਮਣੇ ਲਿਆਉਣ ਲਈ ਅਸਾਂ ਨੇ ਤੁਹਾਨੂੰ ਇਹ ਖਤ ਲਿਖਿਆ ਸੀ ਤਾਂ ਜੋ ਤੁਸੀਂ ਆਪਣੇ ਮੂੰਹੋਂ ਆਪਣੇ ਨਾਪਾਕ ਖਿਆਲ ਬਿਆਨ ਕਰ ਸਕਣ। ਉਹਨਾਂ ਨੇ ਮੈਨੂੰ ਜਾਣ ਬੁੱਝ ਕੇ ਕਿਹਾ ਕਿ ਘਰੇ ਕੋਈ ਵੀ ਨਹੀਂ ਹੈ ਤੇ ਤੇਰੀ ਗੰਦੀ ਸੋਚ ਤੈਨੂੰ ਇੱਥੇ ਲੈ ਕੇ ਆਈ। ਤੁਸੀਂ ਜਾਣਦੇ ਨਹੀਂ ਹੋ ਅਸਾਂ ਕੀ ਕਰ ਸਕਦੇ ਹਾਂ। ਕੀ ਕਰ ਸਕਦਾ ਹੈ ਅੰਮੀ ਅੱਬੂ? ਅਸਾਂ ਦਾ ਮਜ਼ਹਰ ਗਲਤ ਨਹੀਂ ਹੋ ਸਕਦਾ, ਪਰ ਤੁਸਾਂ ਨੇ ਅਸਾਂ ਦਾ ਗਰੂਰ ਤੋੜ ਦਿੱਤਾ ਹੈ। ਤੁਸਾਂ ਦੀ ਇਸ ਹਰਕਤ ਨੇ ਅਸਾਂ ਦਾ ਸਿਰ ਝੁਕਾ ਦਿੱਤਾ ਹੈ। ਪਰ ਅਸਾਂ ਦਾ ਪੁੱਤਰ ਤਾਂ ਬਸ ਬੇਗਮ ਸਾਡਾ ਹੀ ਸਿੱਕਾ ਖੋਟਾ ਹੈ, ਇਹਨੇ ਸਾਡਾ ਸਿਰ ਝੁਕਾ ਦਿੱਤਾ ਹੈ। ਖੁਦਾ ਭਲਾ ਕਰੇ ਇਸ ਕੁੜੀ ਜ਼ਰੀਨਾ ਦਾ ਜਿਸਨੇ ਇਹ ਸੱਚਾਈ ਸਭ ਦੇ ਸਾਹਮਣੇ ਲਿਆਂਦੀ। ਚਲੋ ਤੁਸਾਂ ਜੋ ਕੀਤਾ ਉਹ ਕਾਬਲੇ ਤਾਰੀਫ ਹੈ। ਤੁਸਾਂ ਆਪਣੇ ਅੱਬੂ ਜਾਨ ਨੂੰ ਤੇ ਅਸਾਂ ਨੂੰ ਇੱਥੇ ਬੁਲਾਉਣ ਲਈ ਕਹਿ ਕੇ ਬਹੁਤ ਚੰਗਾ ਕੀਤਾ, ਮਗਰ ਜੋ ਮੈਂ ਸਗਾਈ ਵਾਲੇ ਦਿਨ ਦੇਖ ਰਿਹਾ ਸੀ ਉਹ ਅਸਾਂ ਨੂੰ ਠੀਕ ਨਹੀਂ ਲੱਗ ਰਿਹਾ ਸੀ। ਪਰ ਉਸ ਦਿਨ ਚਲੋ ਖੈਰ, ਗੁਸਤਾਖੀ ਲਈ ਮਾਫੀ ਮੰਗਦੇ ਹਾਂ। ਅਸਾਂ ਦੀ ਮੱਤ ਮਾਰੀ ਗਈ ਸੀ ਜੋ ਸਮਾਜ ਦੀ ਮੂਨ ਦੇਖ ਕੇ ਆਪਣੀ ਬੱਚੀ ਦੀ ਜ਼ਿੰਦਗੀ ਤਬਾਹ ਕਰਨ ਤੇ ਲੱਗੇ ਸਾਂ। ਆਪਣੀ ਬੱਚੀ ਦੀਆਂ ਖੁਸ਼ੀਆਂ ਨੂੰ ਭੁੱਲ ਕੇ ਸਮਾਜ ਦੇ ਫਿਕਰਾਂ 'ਚ ਲੱਗੇ ਰਹੇ। ਲੋ ਇਸ ਦੇ ਨਿਕਾਹ ਤੇ ਇੰਨਾ ਲਗਾਅ ਵੀ ਦਿੱਤਾ ਇਹ ਸੋਚ ਕੇ ਕਿ ਅੱਧਾ ਸਮਾਨ ਮੈਨੂੰ ਮਿਲ ਜਾਏਗਾ, ਪਰ ਇਸ ਨਾਸਪੱਟੀ ਜ਼ਰੀਨਾ ਨੇ ਨਿਕਾਹ ਵੀ ਤੜਵਾ ਦਿੱਤਾ। ਅਗਰ ਭੁੱਲ ਕੇ ਵੀ ਇਹ ਨਿਕਾਹ ਹੋ ਜਾਂਦਾ ਤਾਂ ਅਸਾਂ ਖੁਦ ਹੀ ਆਪਣੀ ਬੱਚੀ ਨੂੰ ਨਰਕ ਦੀ ਜ਼ਿੰਦਗੀ ਵਿੱਚ ਧੱਕਾ ਦੇ ਦੇਣਾ ਸੀ। ਬਾਜੀ ਤੁਸੀਂ ਫਿਕਰ ਨਾ ਕਰੋ, ਬਾਨੋ ਲਈ ਅਸੀਂ ਹੋਰ ਕੋਈ ਰਿਸ਼ਤਾ ਵਧੀਆ ਲੱਭ ਲਾਂਗੇ। ਨਾ ਜੀ, ਅਸਾਂ ਨੂੰ ਜੋ ਇਹ ਸਬਕ ਮਿਲਿਆ ਉਹ ਗਲਤੀ ਮੈਂ ਦੁਬਾਰਾ ਨਹੀਂ ਕਰੂੰਗੀ। ਬਾਨੋ ਦੀਆਂ ਖੁਸ਼ੀਆਂ ਤੋਂ ਵੱਧ ਕੇ ਅਸਾਂ ਨੂੰ ਹੋਰ ਕੁਛ ਨਹੀਂ ਹੈ। ਜਰੀਨਾ ਅਸਾਂ ਨੂੰ ਮਾਫ਼ ਕਰ ਦੇ ਮੇਰੀ ਬੱਚੀ, ਅਸਾਂ ਨੇ ਤੇਰੇ ਤੇ ਯਕੀਨ ਨਹੀਂ ਕੀਤਾ, ਤੇਰਾ ਬਹੁਤ ਬਹੁਤ ਸ਼ੁਕਰੀਆ। ਕੋਈ ਗੱਲ ਨਹੀਂ ਖਾਲਾ, ਇਸ ਤਰ੍ਹਾਂ ਹੱਥ ਨਾ ਜੋੜੋ। ਇਸ ਮਿਹਰਬਾਨੀ ਦਾ ਹੱਕਦਾਰ ਤਾਂ ਦੂਰ ਉਸ ਪਾਰ ਬੈਠਾ ਫਰਿਸ਼ਤਾ ਹੈ। ਬਸ ਇੱਕ ਚੀਜ਼ ਹੀ ਆ ਜੋ ਮਜ਼ਹਰ ਨੂੰ ਬਾਨੂ ਨਾਲ ਨਿਕਾਹ ਕਰਨ ਤੋਂ ਰੋਕ ਸਕਦੀ ਹੈ। ਕੀ? ਜੇ ਅਸਾਂ ਉਸ ਨਾਲ ਨਿਕਾਹ ਕਰਨ ਲਈ ਹਾਮੀ ਭਰ ਦਈਏ। ਅਸਾਂ ਨੂੰ ਹੋਰ ਕੁਝ ਸਮਝ ਨਹੀਂ ਆ ਰਿਹਾ। ਤਾਂ ਕਰ ਲੋ ਗਿਆ। ਇਹ ਕੀ ਕਹਿ ਰਹੇ ਹੋ ਤੁਸਾਂ? ਮੇਰਾ ਮਤਲਬ ਜੀ ਕਿ ਇਸ ਵਰਗੇ ਘਟੀਆ ਇਨਸਾਨ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ ਤੇ ਮੁਰਗੀ ਨੂੰ ਖੁੱਡੇ 'ਚ ਵਾੜਨ ਲਈ ਦਾਣਾ ਤੇ ਪਾਣਾ ਹੀ ਪੈਣਾ। ਤੁਸੀਂ ਉਹਦੇ ਨਾਲ ਵਿਆਹ ਕਰਾਉਣ ਲਈ ਹਾਮੀ ਭਰੋਗੇ ਨਾ ਤਾਂ ਉਹ ਅਸਮਾਨੀ ਉਡਾਰੀਆਂ ਮਾਰੂ, ਫਿਰ ਉਹਨੂੰ ਸੁੱਟਾਂਗੇ ਥੱਲੇ। ਜਿੱਦਾਂ ਤੁਸੀਂ ਦੱਸਿਆ ਹੈ ਕਿ ਤੁਸੀਂ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ, ਪਰ ਅਸਾਂ ਨੂੰ ਕੋਈ ਸਮਝ ਹੀ ਨਹੀਂ ਰਿਹਾ। ਜੇ ਆਪ ਉਹ ਆਪਣੀ ਸੱਚਾਈ ਆਪਣੇ ਮੂੰਹੋਂ ਬੱਕ ਦੇਵੇ ਤਾਂ। ਸੱਚਾਈ ਬੱਕ ਦੇਵੇ? ਅਸਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਅਮਨ। ਤੁਸੀਂ ਇੱਕ ਕੰਮ ਕਰੋ, ਤੁਸੀਂ ਨਾ ਉਸ ਕਮੀਨੇ ਦੇ ਨਾਂ ਤੇ ਇੱਕ ਚਿੱਠੀ ਲਿਖੋ ਕਿ ਤੁਸੀਂ ਵਿਆਹ ਲਈ ਰਾਜ਼ੀ ਹੋ ਤੇ ਰਾਤੀ ਸਾਰਿਆਂ ਦੇ ਸੌਣ ਤੋਂ ਬਾਅਦ ਤੁਸੀਂ ਉਹਨੂੰ ਮਿਲਣਾ ਚਾਹੁੰਦੇ ਹੋ। ਲੇਕਿਨ ਤੁਸੀਂ ਮੇਰੀ ਗੱਲ ਤਾਂ ਸੁਣ ਲਓ ਜੀ, ਪਹਿਲਾਂ ਤੁਸੀਂ ਉਹਨੂੰ ਮਿਲਿਓ ਜ਼ਰੂਰ, ਪਰ ਮਿਲਣ ਤੋਂ ਪਹਿਲਾਂ ਨਾ ਆਪਣੇ ਘਰਦਿਆਂ ਨੂੰ ਦੱਸ ਦਿਓ
एक बारी तुहाडे ते भरोसा करके उत्थे आ जाते। ते जिन्ना मैं उस कमीने बारे जानिया ते समझाया ना, वो तुहानू कल्ले विच वेख के अपने गंदे इरादे जरूर बकेगा। तुहानू कुछ कहन दी लोड़ नहीं पैणी। ते एदां दे घटिया बंदे नाल बानो दी अम्मी बानो दा व्याह कदे नहीं करेगी। क्यों, ठीक है ना? बिल्कुल ठीक क्या, इस तरह ही उस कमबख्त नूं अकल आएगी। चंगा जरीना जी, मेरा मतलब जरीना। चलो मैं तुहाडे फोन दा इंतजार करांगा। ठीक है जी। जो तुसा चाहते सा वह अल्लाह के फजल नाल पूरा हो गया है। तुसा ने नेक ख्याल रखे सा, इसलिए अल्लाह ने तुसा की मदद की है। सिर्फ अल्लाह ने नहीं, अल्लाह के बंदे ने भी मदद की है। अमन भीरे, अमन भीरे, छेती चलो मेरे ना। ओ सुरजन, बस तुसी छेती चलो। तुसी सारे रोटी खाओ, मैं देखदा कितने राजू ना दोबारा तो नहीं लड़ पिया। मैं तो चाल मार के इस दुनिया तो तुर जाना। तेरी बसंती अज किसी होर दी होरू मिलती है, पर ओदा वीरू दा मैं ही हाँ। ओ किसे होर ना लावा, नहीं ला सकती। ए पतंदर ने ज्यादा पी लिया, इस करके कोठे चढ़िया। ओए ओए, तू ड्रामे बंद करने के नहीं? ओए चुप करके थल्ले आ, नहीं तो मैं ऊपर आके धक्का मार दूं। आज ही आता मैं घोड़ी चढ़ू या अर्थी। ओदा ही थल्ले नहीं आउंदा। ओए ओ गल सुन, ओ शाल मार के कुछ नहीं मिलना, टंगा ही तड़ाएगा बस। अरे मेरे जय मतलब अमन। ओए ओ तू कोड़ी ले क्या, तू कोड़ी ले क्या? मैं कूदे ते बह के यार थल्ले जाऊ, आई दो में पंगड़ा पावांगे। ओए ओए ओ थल्ले डेक के मारना जाई। ओए ओए कोड़ी ले क्या छेती, ओ आ रही कोड़ी आ रही है। अबड आज मैं मनप्रीत रो कोड़ी बनाऊ ते ओदे उते चढ़ के बरात च जाऊ। मनप्रीत ओए ओए ने भी नवा से आपा पा ले, एक पासे है तो दूजे पासे जरीना जी पीछे चेत घबराई जा रहा है। रब करे सब ठीक हो गए। फड़ के ओए ओए आ रहा आ रहा, घोड़ी ले आ रहा। ओए लवली, ओए तेरा आशिक तेरे लिए कोठे दा छाल मारन तैयार आ। ए ए आजा आजा आजा, तेरी ऐसी की तैसी तेरी की करी जाना। ओए ओए चल भी जा, चल भी जा, चल इधर चल। ओए ओ तेरे अग्गे बन्ने हाथ, चुप करके गाल सुन ले ते बह जा मंजे ते। साढ़े नू तेरू पता अज मेरी बसंती मेरे नाल क्यों नहीं? क्योंकि मैं अनाथ हां। अज मेरे बेबे पापू होंदे ना, उन्होंने मेरा रिश्ता लैके ओदे घर जाना है, तो फिर उन्हें मैनू कदी राह नहीं करनी। मैनू कदी किसी ने सच्चा प्यार किया ही नहीं। तू कमला हो गया, और तू मेरा यार है, और पूरा टब्बर तेनू मेरे नालों ज्यादा प्यार करता है। और जो तक बेबे तेरे लिए पराठे नहीं ना बनाती, चौंका नहीं सामदी, नाले बापू दिया गाला ही अद्धिया दिया खा लेने, नाले ताया अपना, ताया तो अपना आड़ी आ। ये गल तो है। तू सारा ने ना
ਇਸ ਨਾਥ ਨੂੰ ਬਹੁਤ ਪਿਆਰ ਦਿੱਤਾ। ਤੂੰ ਅਮਨ, ਤੂੰ ਮੇਰੇ ਲਈ ਸਭ ਕੁਛ ਆ। ਮੇਰਾ ਮੇਰਾ ਬਾਪੂ, ਮੇਰੀ ਬੇਬੇ, ਭੈਣ, ਭਰਾ, ਇੱਕ ਸੱਚਾ ਤੇ ਪਿਆਰਾ ਦੋਸਤ। ਸੱਚਾ ਦੋਸਤ ਤੇਰੇ ਲਈ ਮੈਂ ਜਾਨ ਵੀ ਦੇ ਸਕਦਾ, ਪਤਾ ਤੈਨੂੰ? ਤੈਨੂੰ ਨੀ ਯਕੀਨ ਹੈਗਾ ਜੀ? ਆ ਦੇਖ। ਓ ਨਾ ਨਾ ਵੀਰੇ, ਓ ਵੀਰੇ ਵੀਰੇ, ਮੈਨੂੰ ਯਕੀਨ ਮੈਨੂੰ ਓ ਮੇਰੇ ਨੂੰ ਯਕੀਨ ਓ ਮੈਨੂੰ ਪਤਾ ਤੂੰ ਮੇਰੇ ਤੇ ਜਿੰਦ ਵਾਰਦਾ, ਉਹ ਦੱਸਣ ਦੀ ਕੋਈ ਲੋੜ ਨਹੀਂ। ਪਰ ਓਏ ਲਵਲੀ ਨੂੰ ਮੇਰਾ ਪਿਆਰ ਕਿਉਂ ਨਹੀਂ ਦਿਸਦਾ? ਚੁੱਪ ਕਰ, ਚੁੱਪ ਕਰ, ਸਭ ਠੀਕ ਹੋ ਜੂ। ਓਏ ਅੱਜ ਤੂੰ ਨਾ ਜ਼ਿਆਦਾ ਪੀ ਲਈ ਆ, ਚੁੱਪ ਕਰਕੇ ਥੱਲੇ ਜਾ ਤੇ ਸੌ ਜਾ। ਅੱਛਾ ਇਹ ਗੱਲ ਤੇ ਦੱਸ, ਅੱਜ ਪੀਤੀ ਕਿਹੜੀ ਸੀ? ਦੱਸ ਦੱਸ। ਅੱਜ ਦੀ ਦਾਰੂ ਤੇ ਸਿਰਾ ਕਮਾਲ, ਦਾਰੂ ਦਾਰੂ ਕਮਾਲ। ਚੰਗਾ ਹੋਇਆ ਸੋ ਗਿਆ। ਸਵੇਰੇ ਜਦੋਂ ਨਸ਼ਾ ਉਤਰੂਗਾ ਨਾ, ਫਿਰ ਇਹਦੇ ਨਾਲ ਗੱਲ ਕਰ। ਬਾਬਾ ਜੀ ਮੇਰੇ ਹਾਂ ਕਮਲੇ ਯਾਰ ਦਾ ਧਿਆਨ ਰੱਖੀ। ਖੁਦਾ ਕਸਮ ਆਪਾ, ਸਾਨੂੰ ਤਾਂ ਲੱਗਿਆ ਸੀ ਕਿ ਇਹ ਨਿਕਾਹ ਹੋ ਹੀ ਜਾਣਾ, ਕੇਸ ਵਿੱਚ ਅੱਲਾ ਤਾਲਾ ਦੀ ਮਰਜ਼ੀ ਹੈ। ਪਰ ਆਪਾ ਜੇ ਤੁਸਾਂ ਨਾ ਨਾ ਹੁੰਦੇ ਤਾਂ ਇਹ ਨਿਕਾਹ ਹੋ ਹੀ ਜਾਣਾ ਸੀ। ਅਸਾਂ ਐਵੇਂ ਨਹੀਂ ਹੋਣ ਦਿੰਦੇ। ਪਰ ਆਪਾ ਸੱਚ ਕਹਾਂ ਤਾਂ ਇੱਕ ਪਲ ਮੈਨੂੰ ਵੀ ਲੱਗਿਆ ਸੀ ਕਿ ਤੁਸਾਂ ਹਾਰ ਮੰਨ ਗਏ ਹੋ, ਪਰ ਜੋ ਤੁਸਾਂ ਕਮਾਲ ਕੀਤਾ ਹੈ ਨਾ, ਉਹ ਤਾਂ ਕਾਬਿਲੇ ਤਾਰੀਫ ਸੀ। ਉਹ ਅਸਾਂ ਦਾ ਨਹੀਂ, ਅਮਨ ਦਾ ਕਮਾਲ ਸੀ। ਕੀ ਆਪਾ ਸੱਚੀ? ਵੈਸੇ ਅਸਾਂ ਵੀ ਸੋਚਿਆ ਸੀ ਕਿ ਤੁਸਾਂ ਚ ਇੰਨੀ ਹਿੰਮਤ। ਨਹੀਂ ਨਹੀਂ ਆਪਾ, ਮਤਲਬ ਸਾਨੂੰ ਪਤਾ ਹੈ ਕਿ ਤੁਸਾਂ ਚ ਕਿੰਨੀ ਹਿੰਮਤ ਹੈ, ਪਰ ਸਾਨੂੰ ਤਾਂ ਇਹ ਸੋਚ ਕੇ ਹੱਸੀ ਆ ਰਹੀ ਹੈ ਕਿ ਜਿੱਦਾਂ ਤੁਸਾਂ ਉਮਰ ਨਾਲ ਕੀਤਾ, ਓਦਾਂ ਤੁਸਾਂ ਮਜ਼ਰ ਦੀ ਵੀ ਚੰਗੀ ਮੁਰੰਮਤ ਕਰ ਦਿੱਤੀ। ਜੇ ਅਸਾਂ ਉਸਦੀ ਨਾ ਵੀ ਮੁਰੰਮਤ ਕਰਦੇ ਤਾਂ ਅਮਨ ਇੱਥੇ ਹੁੰਦਾ ਨਾ, ਤਾਂ ਉਹਨੇ ਉਸਦੀ ਚੰਗੀ ਤਰ੍ਹਾਂ ਖਬਰ ਲੈਣੀ ਸੀ ਉਸ ਨਾਮੁਰਾਦ ਮਜ਼ਰ ਦੀ। ਕੀ ਮਤਲਬ ਆਪਾ? ਮਤਲਬ ਜਦੋਂ ਅਸਾਂ ਅਮਨ ਨੂੰ ਮਜ਼ਹਰ ਦੀ ਕਰਤੂਤ ਦੱਸੀ ਨਾ, ਤਾਂ ਅਮਨ ਬਹੁਤ ਗੁੱਸੇ ਵਿੱਚ ਆ ਗਿਆ ਸੀ। ਉਸਦੀ ਆਵਾਜ਼ ਵਿੱਚ ਗੁੱਸਾ ਮਹਿਸੂਸ ਹੋ ਰਿਹਾ ਸੀ, ਏਦਾਂ ਲੱਗਾ ਜਿੱਦਾਂ ਕੁਛ ਭੱਜ ਗਿਆ ਹੋਵੇ। ਸ਼ਾਇਦ ਉਹਨਾਂ ਨੇ ਗੁੱਸੇ ਵਿੱਚ ਪਨ ਦਿੱਤਾ ਹੋਣਾ। ਅਸਾਂ ਇੰਨੇ ਗੁੱਸੇ ਭਰੀ ਆਵਾਜ਼ ਕਦੇ ਨਹੀਂ ਸੁਣੀ ਸੀ। ਕੁਝ ਪਲ ਲਈ ਤਾਂ ਅਸਾਂ ਡਰ ਗਏ ਸੀ, ਪਰ ਬਾਅਦ ਵਿੱਚ ਚੰਗਾ ਵੀ ਲੱਗਣ ਲੱਗ ਪਿਆ। ਇੱਕ ਸੱਚਾ ਦੋਸਤ, ਸਿਰਫ ਦੋਸਤ। ਸੱਚੇ ਆਪਾ ਪੁੱਛਣਾ ਕੀ ਚਾਹੁੰਦੀ ਹੈ? ਇਹੋ ਕਿ ਪਹਿਲਾਂ ਤਾਂ ਸਾਨੂੰ ਵੀ ਥੋੜਾ ਗੁੱਸਾ ਆ ਗਿਆ ਸੀ, ਪਰ ਫਿਰ ਚੰਗਾ ਲੱਗਣ ਲੱਗਿਆ, ਜਿਵੇਂ ਕੋਈ ਹਮੇਸ਼ਾ ਸਾਡੇ ਨਾਲ ਖੜਾ ਹੋਵੇ। ਇੱਕ ਸੱਚਾ ਦੋਸਤ। ਚੁੱਪ ਕਰ ਤੇ ਹੁਣ ਜ਼ੁਬਾਨ ਨੂੰ ਪੂਰਾ ਆਰਾਮ ਵੀ ਦੇ ਦੇ, ਸੌ ਜਾ। ਥੋੜਾ ਤਾਂ ਮਜ਼ਾਕ ਕਰਨ ਦਿਓ ਆਪਾ, ਜੈਸਾ ਦਾ ਨਿਕਾਹ ਹੋ ਗਿਆ ਹੁੰਦਾ ਨਾ, ਫਿਰ ਤੁਸਾਂ ਔਰ ਮੈਂ ਦਹਾੜੇ ਮਾਰ ਮਾਰ ਕੇ ਰੋ ਰਹੇ ਹੁੰਦੇ। ਵੈਸੇ ਕੁਝ ਵੀ ਕਹਿ ਲੋ, ਇਹ ਗੱਲ ਤੁਸਾਂ ਨੂੰ ਵੀ ਮੰਨਣੀ ਪਵੇਗੀ ਕਿ ਅਮਨ ਦੇ ਦੱਸੇ ਹੋਏ ਰਸਤੇ ਹੀ ਯਸ਼ਾਂ ਦੀ ਮੁਸ਼ਕਿਲ ਆਸਾਨ ਕੀਤੀ ਹੈ। ਜਲਦੀ ਹੀ ਸਵੇਰ ਹੋਵੇ, ਅਮਨ ਦਾ ਸ਼ੁਕਰੀਆ ਕਰਨਾ ਹੈ, ਬਹੁਤ ਮਦਦ ਕੀਤੀ ਹੈ ਉਸ ਖੁਦਾ ਦੇ ਨੇਕ ਬੰਦੇ ਨੇ। ਓਏ ਕੌਣ ਆ ਉਧਰ? ਉਹ ਲੱਗੀ ਤਾਂ ਨਹੀਂ? ਇਸ ਟਾਈਮ ਇੱਧਰ ਕੀ ਕਰ ਰਹਾ? ਮੈਂ ਤਾਂ ਜੀ ਮੂੰਗਫਲੀ ਵੇਚਦਾ ਜੀ। ਨਾਲੇ ਇਹਦੇ ਵਿੱਚ ਕੀ ਹੈ? ਇਸ ਟਾਈਮ ਕੌਣ ਮੂੰਗਫਲੀ ਵੇਚਦਾ ਹੈ?
ਉਹ ਨਾਲੇ ਆ ਬਾਰਡਰ ਨੇੜੇ ਪਿੰਡ 'ਚ ਇਸ ਟਾਈਮ ਘੁੰਮੇਗਾ, ਮੁਫਲੀ ਵੇਚੇਗਾ ਅਤੇ ਫੌਜੀਆਂ ਨੇ ਗੋਲੀ ਮਾਰ ਦੇਣੀ ਹੈ ਅਤੇ ਕਿਹੜੀ ਮਾਂ ਨੂੰ ਮਾਸੀ ਆਖੇਗਾ? ਨਾਲੇ ਆ ਇਸ ਟਾਈਮ ਮੁਫਲੀ ਕਿਹਨੇ ਲੈਣੀ ਤੇਰੀ? ਹਾਂਜੀ ਬਸ ਮੈਂ ਜਾ ਹੀ ਰਿਹਾ। ਉਹ ਗੱਲ ਸੁਣ, ਤੈਨੂੰ ਪਹਿਲਾਂ ਨਹੀਂ ਕਦੇ ਇਸ ਪਿੰਡ 'ਚ ਦੇਖਿਆ ਕਿਸੇ ਬਾਹਰਲੇ ਪਿੰਡ ਦਾ? ਨਹੀਂ, ਮੈਂ ਉਹ ਨਾਲ ਦੇ ਪਿੰਡ ਦਾ ਜੀ। ਹਾਂਜੀ ਚੰਗਾ, ਅੱਜ ਤੋਂ ਬਾਅਦ ਧਿਆਨ ਰੱਖੀ ਹੈ। ਠੀਕ ਠੀਕ ਹੈ ਜੀ। ਪਰ ਆਪਣਾ ਜਗਾੜ ਤੇ ਘੈਂਟ ਹੈ, ਇੰਨੀ ਕੁ ਤਾਂ ਮੇਰ ਹੈ ਬਾਬਾ ਜੀ ਦੀ। ਹੁਣ ਤੱਕ ਜ਼ਰੀਨਾ ਨੇ ਝੰਡੇ ਗਾੜ ਦਿੱਤੇ ਹੋਣੇ, ਬਸ ਆ ਚੰਦਰੀ ਰਾਤ ਮੁੱਕ ਜੇ ਫਿਰ ਮੈਂ ਸਵੇਰੇ ਨਾ ਜ਼ਰੀਨਾ ਨੂੰ ਫੋਨ ਕਰਕੇ ਸਭ ਕੁਝ ਪੁੱਛਾਂ। ਹਾਂਜੀ ਬੋਲੋ ਜ਼ਰੀਨਾ ਜੀ। ਤੁਸੀਂ ਤਾਂ ਪੂਰੀ ਘੰਟੀ ਵੀ ਨਹੀਂ ਵੱਜਣ ਦਿੱਤੀ, ਫੋਨ ਹੱਥ ਵਿੱਚ ਫੜ ਕੇ ਬੈਠੇ ਸੀ। ਹਾਂਜੀ ਉਹ ਨਹੀਂ ਨਹੀਂ, ਮੇਰਾ ਮਤਲਬ ਇਹ ਸੀ ਕਿ ਮੈਂ ਆਪਣੇ ਫੋਨ ਕੋਲ ਹੀ ਬੈਠਾ ਸੀ ਅਤੇ ਤੁਹਾਡਾ ਫੋਨ ਆਉਣ ਦਾ ਟਾਈਮ ਵੀ ਹੋਣ ਵਾਲਾ ਸੀ, ਇਸ ਲਈ। ਤੁਸੀਂ ਇਹ ਸਭ ਛੱਡੋ, ਤੁਸੀਂ ਇਹ ਦੱਸੋ ਹੋਇਆ ਕੀ? ਬਹੁਤ ਵਧੀਆ ਹੋ ਗਿਆ, ਤੁਸੀਂ ਨੇ ਜਿਹੜੀ ਤਰਕੀਬ ਦੱਸੀ ਸੀ ਨਾ ਅਸਾਂ ਉਂਝ ਹੀ ਕੀਤਾ ਸੀ। ਤਾਹਿਰਾ ਖਾਲਾ ਦੇ ਤਾਂ ਖਿਆਲਾਤ ਹੀ ਬਦਲ ਗਏ ਨੇ, ਉਹਨਾਂ ਨੇ ਨਾ ਸਿਰਫ ਬਾਨੋ ਦੇ ਨਿਕਾਲ ਹੀ ਇਨਕਾਰ ਕੀਤਾ, ਨਾਲੇ ਨਾਲੇ ਤਾਲੀਮ ਲੈਣ ਲਈ ਵੀ ਇਜਾਜ਼ਤ ਦੇ ਦਿੱਤੀ ਹੈ। ਹੁਣ ਬਾਨੋ ਸਕੂਲ ਗਈ ਹੋਈ ਹੈ। ਸੱਚੀ ਤੁਸਾਂ ਦਾ ਬਹੁਤ ਬਹੁਤ ਸ਼ੁਕਰੀਆ। ਉਹ ਜੀ ਸ਼ੁਕਰੀਆ ਕਿਸ ਗੱਲ ਦਾ? ਉਹ ਮੈਂ ਤਾਂ ਇੱਥੇ ਬੈਠ ਕੇ ਸਿਰਫ ਤੁਹਾਨੂੰ ਤਰੀਕਾ ਦੱਸਿਆ, ਕੰਮ ਤਾਂ ਤੁਸੀਂ ਸਿਰੇ ਚਾੜਿਆ, ਇਸ ਕਰਕੇ ਇਸ ਜਿੱਤ ਦਾ ਸਹਿਰਾ ਸਿਰਫ ਤੁਹਾਡੇ ਸਿਰ ਸਜਣਾ ਚਾਹੀਦਾ। ਇੰਨੀ ਔਖੀ ਘੜੀ ਵੇਲੇ ਸਭ ਕੁਝ ਤੁਸੀਂ ਕਿੰਨੇ ਤਰੀਕੇ ਨਾਲ ਸਾਂਭਿਆ, ਪਹਾੜ ਵਾਂਗੂ ਖੜੇ ਰਹੋ ਸਾਰਿਆਂ ਦੇ ਅੱਗੇ ਡਟ ਕੇ। ਤੁਹਾਨੂੰ ਪਤਾ ਤੁਸੀਂ ਨਾ ਬਿਲਕੁਲ ਮੇਰੀ ਬੇਬੇ ਵਰਗੇ ਹੋ। ਉਹ ਵੀ ਜਦੋਂ ਕੁਝ ਠਾਣ ਲੈਂਦੀ ਹੈ ਨਾ, ਜੋ ਤੱਕ ਉਹ ਪੂਰਾ ਨਹੀਂ ਨਾ ਕਰਦੀ ਉਦੋਂ ਤੱਕ ਟਸ ਤੋਂ ਮਸ ਨਹੀਂ ਹੁੰਦੀ। ਇਸ ਕਰਕੇ ਨਾ ਇਹ ਜਿੱਤ ਨਾ ਤੁਹਾਡੀ ਜਿੱਤ ਹੈ। ਮੈਂ ਤਾਂ ਜੇ ਉੱਥੇ ਹੁੰਦਾ ਨਾ, ਮੈਂ ਉਸ ਖੋਤੇ ਦਾ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾ ਕੇ ਛਿੱਤਰਾਂ ਦਾ ਹਾਰ ਪਾ ਕੇ ਪੂਰਾ ਪਿੰਡ ਘੁਮਾਉਣਾ ਸੀ। ਸ਼ੁਕਰ ਇੰਨੇ ਦਿਨਾਂ ਬਾਅਦ ਤੁਸੀਂ ਖੁੱਲ੍ਹ ਕੇ ਹੱਸੇ। ਇੱਕ ਗੱਲ ਕਹਿਣੀ ਸੀ, ਜੇ ਤੁਸੀਂ ਬੁਰਾ ਨਾ ਮੰਨੋਗੇ ਤਾਂ। ਹਾਂਜੀ ਬੋਲੋ। ਤੁਹਾਡਾ ਨਾ ਹਾਸਾ ਬੜਾ ਹੀ ਸੋਹਣਾ। ਤੁਸਾਂ ਨੇ ਤਾਂ ਸਾਨੂੰ ਕਦੀ ਦੇਖਿਆ ਹੀ ਨਹੀਂ, ਫਿਰ ਤੁਸਾਂ ਨੂੰ ਕਿੱਦਾਂ ਪਤਾ ਕਿ ਸਾਡਾ ਹਾਸਾ ਸੋਹਣਾ ਹੈ? ਤੁਹਾਡਾ ਹਾਸਾ ਨਾ ਕੰਨਾਂ 'ਚ ਪਤਾਸੇ ਘੋਲ ਦਿੰਦਾ। ਤੁਹਾਡੇ ਹਾਸੇ ਦੀ ਛਨਕਾਰ ਇੰਨੀ ਮਿੱਠੀ ਹੈ ਕਿ ਅੰਦਰ ਧੁਰ ਤੱਕ ਉੱਤਰ ਜਾਂਦੀ ਹੈ, ਜਿਹਨੂੰ ਮੈਂ ਸ਼ਬਦਾਂ 'ਚ ਨਹੀਂ ਦੱਸ ਸਕਦਾ। ਪਰ ਹਾਂ, ਇਲਮਾਂ ਤਾਂ ਇਹਦੇ ਸ਼ਬਦਾਂ 'ਚ ਜ਼ਰੂਰ ਦੱਸ ਸਕਦਾ। ਹਾਸਾ ਉਹਦਾ ਕਿ ਰੱਬ ਵੀ ਸਿਫਤਾਂ ਕਰਦਾ ਹੈ, ਜੰਨਤ ਵੀ ਬੂਹੇ ਖੋਲ ਦਿੰਦੀ ਹੈ ਉਸਦੀ ਖਣਕ ਸੁਣ ਕੇ। ਉਹ ਬੱਲੇ ਜੀ ਬੱਲੇ, ਉਹ ਤੁਹਾਨੂੰ ਮੇਰੀ ਇਲਮਾ ਤਾਈ ਦੀ ਸ਼ਾਇਰੀ ਵੀ ਆਉਂਦੀ ਹੈ। ਅਮਾਨ ਓਏ ਅਮਾਨ, ਉਹ ਛੇਤੀ ਆ, ਮੈਂ 7 ਵਜੇ ਜਾਣ ਤੋਂ ਲੇਟ ਹੋ ਰਿਹਾ, ਮੋਟਰਸਾਈਕਲ ਕੱਢ ਕੇ ਮੈਨੂੰ ਛੱਡ ਕੇ ਆ। ਤੂੰ ਸਾਨੂੰ ਹੁਣ ਜਾਣਾ ਚਾਹੀਦਾ ਹੈ। ਹਾਂਜੀ ਬਾਪੂ ਜੀ, ਨੂੰ ਨਾ 7 ਵਜੇ ਛੱਡ ਕੇ ਆਣਾ। ਓਏ ਇਹਦਾ ਫੋਨ ਆ। ਬਾਪੂ ਜੀ ਕੁਝ ਨਹੀਂ, ਮੈਂ ਤਾਂ ਬਸ ਮਾਫ ਕਰਨਾ ਜ਼ਰਾ। ਤੁਸੀਂ ਫੋਨ ਰੱਖ ਸਕਦੇ ਹੋ। ਧੰਨਵਾਦ ਜੀ, ਠੀਕ ਹੈ। ਹਾਂਜੀ ਬਾਪੂ ਜੀ, ਕਿਹਦਾ ਫੋਨ ਸੀ? ਉਹ ਕੁਝ ਨਹੀਂ ਬਾਪੂ ਜੀ, ਉਹ ਤਾਂ ਬਸ ਐਵੇਂ ਹੀ। ਉਹ ਤੁਸੀਂ ਲੇਟ ਹੋ ਰਹੇ ਨਾ, ਚਲੀਏ। ਆ ਸੁਰਜਨ ਦਾ ਬੱਚਾ ਹਾਲੇ ਤੱਕ ਨਹੀਂ ਆਇਆ, ਲੱਗਦਾ ਰਾਤ ਦੀ ਉਤਰੀ ਨਹੀਂ ਹਾਲੇ ਤੱਕ, ਸੁੱਤਾ ਹੋਣਾ ਲੰਬੀਆਂ ਤਾਣ ਕੇ। ਬਾਪੂ ਜੀ ਨੂੰ ਛੱਡ ਕੇ ਵੇਖਦਾ ਉਹਨੂੰ। ਅਮਨ ਵੀਰੇ ਸੁਰਜਨ ਵੀਰੇ ਨੂੰ ਡਾਕਟਰ ਕੋਲ ਲੈ ਕੇ ਗਏ ਆ, ਉਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ। ਤੂੰ ਇੰਜ ਕਰ, ਛੇਤੀ ਜਾ ਤੇ ਸੁਰਜਨ ਨੂੰ ਵੇਖ ਕੀ ਹੋਇਆ ਵਾ। ਮੇਰੇ ਛੋਟੇ ਭਰਾ, ਅਸਾਂ ਇੱਕ ਵਾਰ ਫਿਰ ਤੋਂ ਇੰਤਜ਼ਾਰ ਕਰ ਰਹੇ ਹਾਂ ਕਿ ਘਰ ਦੇ ਮਸਲੇ ਨੂੰ ਘਰ 'ਚ ਹੀ ਨਿਬੇੜ ਲਈਏ। ਕੋਰਟ ਕਚਹਿਰੀਆਂ ਦੇ ਚੱਕਰਾਂ 'ਚ ਅਸਾਂ ਦਾ ਹੀ ਮਖੌਲ ਉੜਨਾ ਹੈ। ਅੱਬੂ ਜਾਨ ਨੇ ਅਸਾਂ ਨੂੰ ਜ਼ਿੰਦਗੀ ਭਰ ਇਹੀ ਤਾਲੀਮ ਦਿੱਤੀ ਹੈ ਕਿ ਪਰਿਵਾਰ ਦਾ ਮਤਲਬ ਇੱਕ ਦੂਜੇ ਦਾ ਸਾਥ ਦੇਣਾ। ਇਸ ਤੀਜੇ ਕੋਰਟ ਦੇ ਨੋਟਿਸ ਤੋਂ ਬਾਅਦ ਇਹ ਗੱਲ ਅਸਾਂ ਦੇ ਹੱਥੋਂ ਨਿਕਲ ਜਾਣੀ ਹੈ। ਅੱਬੂ ਤੁਸੀਂ ਬਾਹਰ ਨਹੀਂ ਆਏ ਸੀ, ਇਸ ਲਈ ਅਸਾਂ ਇੱਥੇ ਹੀ ਚਾਹ ਲੈ ਆਏ ਹਾਂ।
ਇਹ ਕੀ ਲਿਖਤੇ ਪਏ ਹੋ ਅੱਬੂ? ਨਹੀਂ ਇਹ ਤਾਂ ਉਹੀ ਉਹ ਅਸਾਂ ਨੂੰ ਮਾਫ ਕਰ ਦਿਓ, ਅਸਾਂ ਦੀ ਵਜ੍ਹਾ ਨਾਲ ਤਾਂ ਸਾਡੇ ਕਾਗਜ਼ ਖਰਾਬ ਹੋ ਗਏ। ਸਾਨੂੰ ਮਾਫ ਕਰਨਾ ਪੁੱਤਰ, ਅਸਾਂ ਦੀ ਹਿੰਮਤ ਨਹੀਂ ਹੋ ਰਹੀ ਕਿ ਅਸਾਂ ਇੱਕ ਕੌੜਾ ਸੱਚ ਕਿਸੇ ਨੂੰ ਬਿਆਨ ਕਰ ਸਕੀਏ ਕਿ ਇਸ ਘਰ ਦੀ ਛੱਤ ਬਹੁਤ ਜਲਦ ਖੁੰਝ ਜਾਣ ਵਾਲੀ। ਕੋਈ ਗੱਲ ਨਹੀਂ ਪੁੱਤਰ, ਅਸਾਂ ਵੇਖ ਲੈਂਦੇ। ਤੁਸਾਂ ਇਹ ਦੱਸੋ, ਬਾਨੋ ਠੀਕ ਹੈ? ਦੋ ਦਿਨ ਚ ਉਸ ਨਾਲ ਬਹੁਤ ਕੁਛ ਹੋ ਗਿਆ। ਜੀ ਅੱਬੂ, ਬਾਨੋ ਤਾਂ ਹੁਣ ਬਹੁਤ ਖੁਸ਼ ਹੈ। ਤਾਹਿਰਾ ਖਾਲਾ ਨੇ ਨਾ ਹੁਣ ਉਸਨੂੰ ਤਾਲੀਮ ਲੈਣ ਲਈ ਵੀ ਇਜਾਜ਼ਤ ਦੇ ਦਿੱਤੀ ਹੈ, ਸਕੂਲ ਜਾਣ ਲਈ ਵੀ। ਅੱਬੂ ਜਾਨ, ਜੇ ਉਸ ਕੰਮ ਵਕਤ ਮਜ਼ਹਰ ਦੇ ਨਾਲ ਬਾਨੋ ਦਾ ਨਿਕਾਹ ਹੋ ਜਾਂਦਾ ਨਾ, ਤਾਂ ਅਸਾਂ ਕਦੇ ਆਪਣੇ ਆਪ ਨੂੰ ਮਾਫ਼ ਨਹੀਂ ਸੀ ਕਰਨਾ। ਅਸਾਂ ਹੁਣ ਚੱਲਦੇ ਹਾਂ, ਰਸੋਈ 'ਚ ਬਹੁਤ ਕੰਮ ਪਏ ਨੇ। ਹਾਂ ਪੁੱਤਰ, ਤੁਸਾਂ ਜਾਓ। ਠੀਕ। ਅੱਬੂ, ਤੁਸਾਂ ਦੇ ਕਾਗਜ਼ ਗਿਰੇ ਹੋਏ ਨੇ, ਅਸਾਂ ਚੁੱਕ ਦਿੰਦੇ ਹਾਂ। ਕੋਰਟ ਦੇ ਆਰਡਰ ਦਾ ਜਰੀਨਾ ਨੂੰ ਪਤਾ ਨਹੀਂ ਲੱਗਣਾ ਚਾਹੀਦਾ।